ਸਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ ਜਲੰਧਰ ਦੀ ਉਪ ਚੋਣ ਦੇ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਜਿੱਤ ਜ਼ਬਰਦਸਤ ਜਿੱਤ ਦਰਜ ਕੀਤੀ ਗਈ ਹੈ ਪਰ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਦੇ ਤੱਪੜ ਰੋਲ ਕੇ ਰੱਖ ਦਿੱਤੇ ਹਨ ਜਲੰਧਰ ਦੀ ਲੋਕ ਸਭਾ ਦੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਨੇ ਅਤੇ ਇਹਨਾਂ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਕੌਣ ਜਿੱਤਿਆ ਹੈ ਕਿੰਨੀਆਂ ਸੀਟਾਂ ਤੇ ਕੌਣ ਜਿੱਤਿਆ ਹੈ ਇਸ ਬਾਰੇ ਬਹੁਤ ਅਹਿਮ ਜਾਣਕਾਰੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੁਹਾਡੇ ਲਈ ਜਾਨਣਾ ਇਹ ਬਹੁਤ ਜ਼ਰੂਰੀ ਹੈ ਕਿ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 7 ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਅਤੇ ਬਾਕੀ ਦੇ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਕਾਂਗਰਸ ਪਾਰਟੀ ਭਾਵੇਂ ਕਿ ਦੂਜੇ ਨੰਬਰ ਤੇ ਆਈ ਹੈ ਪਰ ਇੱਕ ਵੀ ਵਿਧਾਨ ਸਭਾ ਹਲਕੇ ਦੇ ਵਿੱਚ ਕਾਂਗਰਸ ਦੇ ਵੱਲੋਂ ਜਿੱਤ ਦਰਜ ਨਹੀਂ ਕੀਤੀ ਗਈ ਹੈ ਅਤੇ ਜ਼ਮਾਨਤ ਜ਼ਬਤ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ اٹਵਾਲ ਦੀ ਇਸ ਦੇ ਬਾਵਜੂਦ ਉਹਨਾਂ ਦੇ ਵੱਲੋਂ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿੱਤ ਦਰਜ ਕੀਤੀ ਗਈ ਹੈ ਵਿਧਾਨ ਸਭਾ ਹਲਕਿਆਂ ਦੇ ਅੰਕੜਿਆਂ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਕਿਸ ਵਿਧਾਨ ਸਭਾ ਹਲਕੇ ਤੋਂ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਕਰਦੇ ਹਾਂ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਦਾ ਝੰਡਾ ਗੱਡਿਆ ਗਿਆ ਹੈ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਨੇ 32228 ਦੂਜੇ ਨੰਬਰ ਤੇ ਕਾਂਗਰਸ ਪਾਰਟੀ ਰਹੀ ਹੈ 22877 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਅਕਾਲੀ ਦਲ 21000 115 ਵੋਟਾਂ ਚੌਥੇ ਨੰਬਰ ਤੇ ਭਾਜਪਾ 6564 ਵੋਟਾਂ ਇੱਥੇ ਭਾਜਪਾ ਨੂੰ ਪਈਆਂ ਹਨ ਆਦਮਪੁਰ ਦੇ ਵਿੱਚ ਇਸ ਵੇਲੇ ਮੌਜੂਦਾ ਕਾਂਗਰਸੀ ਵਿਧਾਇਕ ਹਨ ਸੁਖਵਿੰਦਰ ਕੋਟਲੀ ਵਿਧਾਇਕ ਕਾਂਗਰਸ ਦੇ ਪਰ ਜਿੱਤ ਗਈ ਇਥੋਂ ਆਮ ਆਦਮੀ ਪਾਰਟੀ ਇਸੇ ਕਰਕੇ ਹੀ ਵੱਡਾ ਝਟਕਾ ਕਾਂਗਰਸੀ ਵਿਧਾਇਕਾਂ ਦੇ ਹਲਕਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਨੂੰ ਦਿੱਤਾ ਗਿਆ ਗੱਲ ਜਲੰਧਰ ਪੱਛਮੀ ਦੀ ਕੀਤੀ ਜਾਵੇ ਕਿਉਂਕਿ ਜਲੰਧਰ ਪੱਛਮੀ ਦੀ ਸਭ ਤੋਂ ਜ਼ਿਆਦਾ ਚਰਚਾ ਹੋਈ ਸੀ ਕਿਉਂਕਿ ਜਲੰਧਰ ਪੱਛਮੀ ਤੋਂ ਹੀ ਕਾਂਗਰਸੀ ਉਮੀਦਵਾਰ ਦੇ ਤੌਰ ਤੇ ਸੁਸ਼ੀਲ ਰਿੰਕੂ ਚੋਣ ਹਾਰ ਗਏ ਸਨ ਅਤੇ ਉਹਨਾਂ ਨੂੰ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਆਪਣਾ ਉਮੀਦਵਾਰ ਆਪ ਦੇ ਵੱਲੋਂ ਬਣਾਇਆ ਗਿਆ ਸੀ ल अंग, लमी पाटी दे वदाय कਹnah। ਪਛਮੀ ਤੋਂ ਅਤੇ ਸੁਸ਼ੀਲ ਰਿੰਕੂ ਕਾਂਗਰਸ ਉਮੀਦਵਾਰ ਸਨ ਉਹ ਵੀ ਆ ਗਏ ਆਪ ਦੇ ਵਿੱਚ ਭਾਜਪਾ ਦੇ ਉਮੀਦਵਾਰ ਸਨ ਪਿਛਲੀ ਵਾਰ ਮਹਿੰਦਰ ਭਗਤਾ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਸਨ ਇਥੋਂ ਦੇ ਕੀ ਹਾਲਾਤ ਬਣੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜਿਲੰਦਰ ਪਛਮੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਦਾ ਝੰਡਾ ਗੱਡਿਆ ਗਿਆ ਏ 35268 ਵੋਟਾਂ ਪਈਆਂ ਨੇ ਆਪ ਨੂੰ 25821 ਵੋਟਾਂ ਪਈਆਂ ਹਨ ਕਾਂਗਰਸ ਪਾਰਟੀ ਨੂੰ ਅਕਾਲੀ ਦਲ ਨੂੰ ਸਿਰਫ 1294 ਵੋਟਾਂ ਪਈਆਂ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੋਟਾਂ ਪਈਆਂ ਵੱਡੇ ਪੱਧਰ ਤੇ ਵੋਟਾਂ ਪਈਆਂ 21826 ਇਸ ਤਰੀਕੇ ਨਾਲ ਤੀਜੇ ਨੰਬਰ ਤੇ ਜਲੰਧਰ ਪੱਛਮੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਈ ਹੈ ਅਗਲਾ ਹਲਕਾ ਜਲੰਧਰ ਕੇਂਦਰੀ ਦੀ ਜੇਕਰ ਗੱਲ ਕਰੀਏ ਤਾਂ ਜਲੰਧਰ ਕੇਂਦਰੀ ਦੇ ਵਿੱਚ ਵੱਡਾ ਉਲਟਫੇਰ ਹੋਇਆ ਵੱਡਾ ਉਲਟ ਫੇਰ ਇਹ ਹੋਇਆ ਕਿ ਇਥੋਂ ਭਾਰਤੀ ਜਨਤਾ ਪਾਰਟੀ ਜਿੱਤ ਗਈ ਵੋਟਾਂ ਦੇ ਜੇਕਰ ਚਾਤ ਮਾਰ ਗਏ ਤਾਂ ਆਮ ਆਦਮੀ ਪਾਰਟੀ ਨੂੰ ਇਥੇ ਵੋਟਾਂ ਮਿਲੀਆਂ ਹਨ 24716 ਵੋਟਾਂ ਕਾਂਗਰਸ ਪਾਰਟੀ ਨੂੰ ਮਿਲੀਆਂ 24368 ਵੋਟਾਂ ਅਕਾਲੀ ਦਲ ਨੂੰ ਸਿਰਫ 5025 ਵੋਟਾਂ ਅਤੇ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਪਹਿਲੇ ਨੰਬਰ ਤੇ ਰਹੀ ਹੈ ਜਲੰਧਰ ਕੇਂਦਰੀ ਦੇ ਵਿੱਚੋਂ 25000 259 ਵੋਟਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਜਲੰਧਰ ਕੇਂਦਰੀ ਦੇ ਵਿੱਚ ਜਲੰਧਰ ਕੇਂਦਰੀ ਦੀ ਗੱਲ ਕਰੀਏ ਤਾਂ ਇੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਮੌਜੂਦਾ ਰਮਨ अरोड़ा ਇਸ ਦੇ ਬਾਵਜੂਦ ਜਿੱਤ ਇੱਥੇ ਦਰਜ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਅਗਲਾ ਹਲਕਾ ਜਲੰਧਰ ਕੈਂਟ ਜਿੱਥੋਂ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਹਨ ਪ੍ਰਗਟ ਸਿੰਘ ਪਰ ਕਾਂਗਰਸ ਦੇ ਹੱਥ ਇੱਥੇ ਵੀ ਜਿੱਤ ਨਹੀਂ ਲੱਗ ਪਈ ਹੈ ਅਤੇ ਇੱਥੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਝੰਡਾ ਬੁਲੰਦ ਕੀਤਾ ਗਿਆ ਹੈ ਵੋਟਾਂ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ 32217 ਕਾਂਗਰਸ ਨੂੰ ਪਈਆਂ 25222 ਅਕਾਲੀ ਦਲ ਨੂੰ 14052 ਭਾਜਪਾ ਨੂੰ 17781 ਵੋਟਾਂ ਇਸ ਹਲਕੇ ਤੋਂ ਜਲੰਧਰ ਕੈਂਟ ਤੋਂ ਪਈਆਂ ਹਨ ਅਗਲੇ ਹਲਕੇ ਦੀ ਗੱਲ ਕਰੀਏ ਜਲੰਧਰ ਉਤਰੀ ਇਸ ਦੇ ਵਿੱਚ ਵੀ ਵੱਡਾ ਉਲਟ ਫੇਰ ਹੋਇਆ ਭਾਜਪਾ ਜਿੱਤ ਗਈ ਨਾ ਇਥੋਂ ਕਾਂਗਰਸ ਜਿੱਤੀ ਨਾ ਆਮ ਆਦਮੀ ਪਾਰਟੀ ਇਥੋਂ ਭਾਰਤੀ ਜਨਤਾ ਪਾਰਟੀ ਜਿੱਤ ਗਈ ਵੋਟਾਂ ਦੀ ਗੱਲ ਜੇਕਰ ਕਰੀਏ ਤਾਂ ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ 30290 ਕਾਂਗਰਸ ਨੂੰ 27946 ਅਕਾਲੀ ਦਲ ਨੂੰ ਸਿਰਫ 6549 ਵੋਟਾਂ ਪਈਆਂ ਅਤੇ ਭਾਜਪਾ ਨੂੰ ਵੋਟਾਂ ਪਈਆਂ 31549 ਜਲੰਧਰ ਉਤਰੀ ਤੋਂ ਕਾਂਗਰਸ ਪਾਰਟੀ ਦੇ ਅਵਤਾਰ ਜੂਨੀਅਰ ਅਵਤਾਰ ਹੈਨਰੀ ਜਿਹੜੇ ਨੇ ਉਹ ਵਿਧਾਇਕ ਹਨ ਪਰ ਇਥੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਅਗਲਾ ਹਲਕਾ ਹੈ ਕਰਤਾਰਪੁਰ ਜਿੱਥੋਂ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਮੌਜੂਦਾ ਵਿਧਾਇਕ ਹਨ ਅਤੇ ਆਮ ਆਦਮੀ ਪਾਰਟੀ ਨੇ ਇਸ ਹਲਕੇ ਤੋਂ ਜਿੱਤ ਦਰਜ ਕੀਤੀ ਹੈ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਨੇ ਕਰਤਾਰਪੁਰ ਤੋਂ 37951 ਕਾਂਗਰਸ ਨੂੰ ਪਈਆਂ 24161 ਅਕਾਲੀ ਦਲ ਨੂੰ ਪਈਆਂ 27269 ਭਾਜਪਾ ਨੂੰ ਸਿਰਫ 8354 ਵੋਟਾਂ ਪਈਆਂ ਹਨ ਕਰਤਾਰਪੁਰ ਦੇ ਵਿੱਚ ਦੂਜੇ ਨੰਬਰ ਤੇ ਅਕਾਲੀ ਦਲ ਰਿਹਾ ਹੈ ਅਤੇ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਹੈ ਅਗਲੇ ਵਿਧਾਨ ਸਭਾ ਹਲਕੇ ਨਕੋਦਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਕੋਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾ ਹਨ ਇੰਦਰਜੀਤ ਕੋਰ ਮਾਨ ਅਤੇ ਨਕੋਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਬੜਤ ਹਾਸਲ ਕੀਤੀ ਗਈ ਜਿਸ ਦਾ ਫਾਇਦਾ ਕੁੱਲ ਮਿਲਾ ਕੇ ਸੁਸ਼ੀਲ ਰਿੰਕੂ ਨੂੰ ਹੋਇਆ ਨਕੋਦਰ ਦੇ ਵਿੱਚ ਆਪ ਨੂੰ ਵੋਟਾਂ ਪਈਆਂ 34740 ਕਾਂਗਰਸ ਨੂੰ ਪਈਆਂ 25760 ਅਕਾਲੀ ਦਲ ਨੂੰ ਪਈਆਂ 29434 ਅਤੇ ਭਾਜਪਾ ਨੂੰ ਸਿਰਫ 10407 ਵੋਟਾਂ ਦੇ ਨਾਲ ਹੀ ਸੰਤੁਸ਼ਟੀ ਕਰਨੀ ਪਈ ਹੈ ਇਸ ਹਲਕੇ ਦੇ ਵਿੱਚ ਵੀ ਨਕੋਦਰ ਦੇ ਵਿੱਚ ਵੀ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਹੈ ਅਤੇ ਤੀਜੇ ਨੰਬਰ ਤੇ ਕਾਂਗਰਸ ਨੂੰ ਰਹਿਣਾ ਪੈ ਗਿਆ ਹੈ ਫਲੋਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਫਲੋਰ ਤੋਂ ਕਰਮਜੀਤ ਕੌਰ ਚੌਧਰੀ ਜਿਹੜੇ ਕਿ ਉਮੀਦਵਾਰ ਸਨ ਕਾਂਗਰਸ ਪਾਰਟੀ ਦੇ ਉਹਨਾਂ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਫਲੋਰ ਤੋਂ ਕਾਂਗਰਸੀ ਵਿਧਾਇਕ ਹਨ ਪਰ ਉਹ ਵੀ ਆਪਣੀ ਮਾਤਾ ਨੂੰ ਆਪਣੇ ਹੀ ਵਿਧਾਨ ਸਭਾ ਹਲਕੇ ਤੋਂ ਬੜਤ ਹਾਸਲ ਨਹੀਂ ਕਰਵਾ ਸਕੇ ਲੀਡ ਨਹੀਂ ਦਿਵਾ ਸਕੇ ਅਤੇ ਫਲੋਰ ਤੋਂ ਵੀ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਫਲੋਰ ਤੋਂ 38657 ਕਾਂਗਰਸ ਨੂੰ ਪਈਆਂ 31658 ਅਕਾਲੀ ਦਲ ਨੂੰ ਵੋਟਾਂ ਪਈਆਂ 29510 ਅਤੇ ਭਾਜਪਾ ਨੂੰ ਸਿਰਫ 5847 ਵੋਟਾਂ ਦੇ ਨਾਲ ਹੀ ਸੰਤੁਸ਼ਟੀ ਕਰਨੀ ਪਈ ਹੈ ਇਸ ਤਰੀਕੇ ਨਾਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਦੇ ਹਲਕੇ ਤੋਂ ਵੀ ਕਾਂਗਰਸੀ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਜਿਹੜਾ ਕਿ ਕਾਫੀ ਚਰਚਾ ਦੇ ਵਿੱਚ ਰਿਹਾ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਕਾਂਗਰਸੀ ਵਿਧਾਇਕ ਹਨ ਸ਼ਾਹਕੋਟ ਤੋਂ ਉੱਥੋਂ ਕਾਫੀ ਰੌਲਾ ਪਿਆ ਸੀ ਲਾਡੀ ਸ਼ੇਰੋਵਾਲੀਆਂ ਨੇ ਆਪ ਦੇ ਵਿਧਾਇਕ ਨੂੰ ਵੀ ਫੜ ਲਿਆ ਸੀ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਨੂੰ ਉਹਨਾਂ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਸੀ ਕਾਫੀ ਚਰਚਾ ਦੇ ਵਿੱਚ ਰਿਹਾ ਸ਼ਾਹਕੋਟ ਪਰ ਇਥੋਂ ਵੀ ਆਮ ਆਦਮੀ ਪਾਰਟੀ ਜਿੱਤ ਗਈ ਹੈ ਲਾਡੀ ਸ਼ੇਰੋਵਾਲੀਆ ਵੀ ਕਾਂਗਰਸ ਪਾਰਟੀ ਨੂੰ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚੋਂ ਜਿੱਤ ਨਹੀਂ ਦਿਵਾ ਸਕੇ ਸ਼ਾ ਕੋੜ ਤੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ 36010 ਕਾਂਗਰਸ ਨੂੰ ਵੋਟਾਂ ਪਈਆਂ 35737 ਫਰਕ ਥੋੜਾ ਹੀ ਹੈ ਪਰ ਫਰਕ ਹੈ ਜ਼ਰੂਰ ਆ ਅਕਾਲੀ ਦਲ ਨੂੰ ਸਿਰਫ 19106 ਅਤੇ ਭਾਜਪਾ ਨੂੰ ਸਿਰਫ 7119 ਵੋਟਾਂ ਦੇ ਨਾਲ ਸੰਤੁਸ਼ਟੀ ਕਰਨੀ ਪਈ ਹੈ ਇਸ ਤਰੀਕੇ ਨਾਲ ਜ਼ਿਆਦਾਤਰ ਹਲਕਿਆਂ ਦੇ ਵਿੱਚ ਨੋਆ ਦੇ ਵਿੱਚੋਂ ਸੱਤ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਗੱਡਿਆ ਅਤੇ ਦੋ ਵਿਧਾਨ ਸਭਾ ਹਲਕੇ ਇੱਕ ਹੈ ਜਲੰਧਰ ਕੇਂਦਰੀ ਅਤੇ ਦੂਜਾ ਹੈ ਜਲੰਧਰ ਉਤਰੀ ਉੱਥੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਜਿਸ ਨੂੰ ਕਿ ਜਲੰਧਰ ਦੀ ਸਿਆਸਤ ਦੇ ਵਿੱਚ ਕੋਈ ਛੋਟੀ ਘਟਨਾ ਨਹੀਂ ਆਖਿਆ ਜਾ ਸਕਦਾ ਭਾਵੇਂ ਕਿ ਜ਼ਮਾਨਤ ਜ਼ਬਤ ਹੋ ਗਈ ਭਾਜਪਾ ਦੀ ਇਸ ਦੇ ਬਾਵਜੂਦ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿੱਤ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਦਰਜ ਕੀਤੀ ਗਈ ਹੈ ਇਹ ਸੀ ਕੁਝ ਉਹ ਅਹਿਮ ਜਾਣਕਾਰੀ ਜਿਹੜੀ ਕਿ ਤੁਹਾਡੇ ਲਈ ਜਾਣਣੀ ਬਹੁਤ ਜ਼ਰੂਰੀ ਸੀ ਜੇਕਰ ਇਸੇ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹੜ ਅਗਲੀ ਵਾਰ ਫਿਰ ਆ ਜਰੂਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ